ਵਿਸ਼ਵ ਕੱਪ ਫੁੱਟਬਾਲ ਵਿੱਚ ਹੁਣ ਤੱਕ ਖੇਡੇ ਗਏ ਮੈਚਾਂ ਵਿੱਚ ਵੱਡੇ ਉਲਟਫੇਰ ਦੇਖਣ ਨੂੰ ਮਿਲ ਰਹੇ ਹਨ। ਕੱਲ ਰਾਤ ਦੂਸਰੇ ਖੇਡੇ ਗਏ ਕੁਆਟਰ ਫਾਈਨਲ ਮੈਚ ਵਿੱਚ 5 ਵਾਰ ਵਿਜੇਤਾ ਰਹੀ ਬ੍ਰਾਜ਼ੀਲ ਦੀ ਟੀਮ ਬੈਲਜੀਅਮ ਨਾਲ ਖੇਡੇ ਗਏ ਮੈਚ ਵਿੱਚ ਹਾਰ ਗਈ। ਇਸ ਹਾਰ ਨਾਲ ਵਿਸ਼ਵ ਕੱਪ ਚੈਂਪੀਅਨ ਮੰਨੀ ਜਾ ਰਹੀ ਬ੍ਰਾਜ਼ੀਲ ਦੀ ਟੀਮ ਦਾ ਸਫ਼ਰ ਇੱਥੇ ਹੀ ਖਤਮ ਹੋ ਗਿਆ। ਬੈਲਜੀਅਮ ਦੀ ਟੀਮ ਨੇ ਬ੍ਰਾਜ਼ੀਲ ਨੂੰ 2-1 ਦੇ ਸਕੋਰ ਨਾਲ ਹਰਾ ਦਿੱਤਾ। ਬ੍ਰਾਜ਼ੀਲ ਟੀਮ ਦੀ ਕਿਸਮਤ ਨੇ ਵੀ ਉਹਨਾਂ ਦਾ ਸਾਥ ਨਹੀਂ ਦਿੱਤਾ। ਮੈਚ ਦੇ 8ਵੇਂ ਮਿੰਟ ਵਿੱਚ ਹੀ ਨੇਮਾਰ ਨੇ ਗੋਲ ਕਰਨ ਦਾ ਮੌਕਾ ਖੋ ਦਿੱਤਾ। ਬ੍ਰਾਜ਼ੀਲ ਤੇ ਬੈਲਜੀਅਮ ਦੀ ਟੀਮਾਂ ਨੇ ਮੈਚ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਪਰ ਅੰਤ ਵਿੱਚ ਬੈਲਜੀਅਮ ਨੇ ਇਸ ਮੈਚ ਨੂੰ ਜਿੱਤ ਲਿਆ। ਇਸ ਤੋਂ ਪਹਿਲਾਂ ਖੇਡੇ ਗਏ ਦੂਸਰੇ ਕੁਆਟਰ ਫਾਈਨਲ ਮੈਚ ਵਿੱਚ ਫਰਾਂਸ ਨੇ ਉਰਗਵੇ ਦੀ ਮਜ਼ਬੂਤ ਟੀਮ ਨੂੰ 2-0 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਏ। ਉਰਗਵੇ ਨੂੰ ਇਸ ਮੈਚ ਵਿੱਚ ਉਸਦੇ ਸਟ੍ਰਾਈਕਰ ਖਿਡਾਰੀ ਐਡੀਸਨ ਕੇਵਾਨੀ ਦੀ ਕਮੀ ਬਹੁਤ ਮਹਿਸੂਸ ਹੋਈ ਜੋ ਕਿ ਸੱਟ ਕਾਰਨ ਇਸ ਮੈਚ ਵਿੱਚ ਨਹੀਂ ਖੇਡ ਸਕੇ। ਫਰਾਂਸ 2006 ਤੋਂ ਬਾਅਦ ਵਿਸ਼ਵ ਕੱਪ ਦੇ ਸੈਮੀ ਫਾਈਨਲ ਤੱਕ ਪਹੁੰਚਿਆ ਏ। ਸੈਮੀ ਫਾਈਨਲ ਵਿੱਚ ਫਰਾਂਸ ਦਾ ਮੁਕਾਬਲਾ ਬੈਲਜੀਅਮ ਨਾਲ ਹੋਵੇਗਾ। ਇੰਗਲੈਂਡ ਵਿੱਚ ਚੱਲ ਰਹੀ T20 ਸੀਰੀਜ਼ ਦੇ ਦੂਸਰੇ ਮੈਚ ਵਿੱਚ ਕੱਲ ਭਾਰਤ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਟੀਮ ਨਿਰਧਾਰਿਤ 20 ਓਵਰਾਂ ਵਿੱਚ 148 ਰਨ ਹੀ ਬਣਾ ਸਕੀ। ਭਾਰਤ ਨੇ ਮੈਚ ਦੀ ਸ਼ੁਰੂਆਤ ਵਿੱਚ ਪਹਿਲੇ 5 ਓਵਰਾਂ ਵਿੱਚ ਹੀ 3 ਵਿਕਟਾਂ ਗਵਾ ਦਿੱਤੀਆਂ ਸਨ। ਭਾਰਤ ਦੇ ਵੱਲੋਂ ਵਿਰਾਟ ਕੋਹਲੀ ਨੇ ਪਾਰੀ ਨੂੰ ਸੰਭਾਲਦੇ ਹੋਏ 47 ਰਨ ਅਤੇ ਧੋਨੀ ਨੇ 32 ਰਨ ਬਣਾਏ। ਦੂਸਰੀ ਪਾਰੀ ਵਿੱਚ ਇੰਗਲੈਂਡ ਨੇ 19.4 ਓਵਰਾਂ ਵਿੱਚ 5 ਵਿਕਟਾਂ ਗਵਾ ਕੇ ਮੈਚ ਨੂੰ ਜਿੱਤ ਲਿਆ। ਇੰਗਲੈਂਡ ਦੇ ਵੱਲੋਂ ਅਲੈਕਸ ਹੈਲਜ਼ ਨੇ 41 ਗੇਂਦਾਂ ਵਿੱਚ 58 ਰਨ ਅਤੇ ਜੌਨੀ ਬ੍ਰੈਸਟੋ ਨੇ 18 ਗੇਂਦਾਂ ਵਿੱਚ 28 ਰਨ ਬਣਾਏ। ਇੰਗਲੈਂਡ ਨੇ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ਨੂੰ 1-1 ਨਾਲ ਬਰਾਬਰ ਕਰ ਲਿਆ ਏ। ਸੀਰੀਜ਼ ਦਾ ਆਖਰੀ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ। ਭਾਰਤ ਦੇ ਕੋਲ ਮੈਚ ਨੂੰ ਜਿੱਤ ਕੇ ਇਤਿਹਾਸ ਰਚਨ ਦਾ ਮੌਕਾ ਸੀ ਪਰ ਭਾਰਤ ਦੇ ਬੱਲੇਬਾਜ਼ਾਂ ਦੇ ਫਲਾਪ ਸ਼ੋਅ ਨੇ ਇਸ ਮੌਕੇ ਨੂੰ ਗਵਾ ਦਿੱਤਾ। ਵੈਸਟਇੰਡੀਜ਼ ਅਤੇ ਬੰਗਲਾਦੇਸ਼ ਵਿਚਕਾਰ ਖੇਡੇ ਗਏ ਟੈਸਟ ਮੈਚ ਵਿੱਚ ਵੈਸਟਇੰਡੀਜ਼ ਨੇ ਬੰਗਲਾਦੇਸ਼ ਨੂੰ 219 ਰਨਾਂ ਦੇ ਫਰਕ ਨਾਲ ਹਰਾ ਦਿੱਤਾ। ਆਪਣੇ ਘਰ ਵਿੱਚ ਖੇਡਦੇ ਹੋਏ ਵੈਸਟਇੰਡੀਜ਼ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਪਹਿਲੀ ਪਾਰੀ ਵਿੱਚ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਕੇਮਰ ਰੋਜ਼ ਦੀਆਂ 5 ਵਿਕਟਾਂ ਨਾਲ ਬੰਗਲਾਦੇਸ਼ ਦੀ ਟੀਮ ਸਿਰਫ 43 ਦੇ ਸਕੋਰ ਤੇ ਆਲ ਆਊਟ ਹੋ ਗਈ ਸੀ ਜਿਸ ਦੇ ਜਵਾਬ ਵਿੱਚ ਵੈਸਟਇੰਡੀਜ਼ ਨੇ 406 ਰਨ ਬਣਾਏ ਸਨ। ਵੈਸਟਇੰਡੀਜ਼ ਵੱਲੋਂ ਕ੍ਰੈਕ ਬ੍ਰੈਥਵੇਟ ਨੇ 121 ਰਨਾਂ ਦੀ ਪਾਰੀ ਖੇਡੀ। ਦੂਸਰੀ ਪਾਰੀ ਵਿੱਚ ਵੀ ਬੰਗਲਾਦੇਸ਼ ਦੀ ਟੀਮ ਸਿਰਫ 144 ਦਾ ਸਕੋਰ ਹੀ ਬਣਾ ਸਕੀ। ਵੈਸਟਇੰਡੀਜ਼ ਦੀ ਟੀਮ ਇਸ ਜਿੱਤ ਨਾਲ 2 ਮੈਚਾਂ ਦੀ ਟੈਸਟ ਸੀਰੀਜ਼ ਵਿੱਚ 1-0 ਦੀ ਲੀਡ ਨਾਲ ਅੱਗੇ ਹੋ ਗਈ ਹੈ।